ਓਏ ਇਹ ਤਾਂ ਰੈਂਟ 95 ਆ, ਕੋਈ ਗੱਲ ਨਹੀਂ, ਇੱਕ ਵਾਰੀ ਹੋਰ ਆ ਗਿਆ ਮੈਂ, ਯਕੀਨ ਮੰਨੋ ਜਿੰਨੀ ਵਾਰੀ ਮੈਂ ਉਸ ਤੋਂ ਬਾਅਦ ਗੇਮ ਖੇਡੀ ਹੈ ਨਾ ਪਿਛਲੀ ਵੀਡੀਓ ਤੋਂ ਬਾਅਦ, ਇੱਕ ਵਾਰੀ ਵੀ ਮੈਂ ਐਂਡ ਤੱਕ ਨਹੀਂ ਪਹੁੰਚਿਆ। ਮੈਂ ਸਮਾਨ ਚੁੱਕਾਂ ਪਿੱਛੋਂ ਮਾਰ ਜਾਂਦੇ, ਸਮਾਨ ਚੁੱਕੋ ਪਿੱਛੇ ਮਾਰ ਜਾਂਦੇ। ਇਸ ਜਹਾਜ਼ 'ਤੇ ਜਾਣਾ ਆਪਾਂ, ਇਸ ਜਹਾਜ਼ 'ਚ ਬੜੇ ਬੰਦੇ ਆਉਂਦੇ ਆ, ਵੱਡੇ ਵੱਡੇ ਜਿਨ੍ਹਾਂ ਦੇ ਫੁੱਲ ਹੈਵੀ ਹੈਵੀ ਰੈਂਚ ਹੁੰਦੇ ਆ, ਪਤਾ ਨਹੀਂ ਕੀ ਪਿਆ ਇਹਦੇ ਵਿੱਚ, ਇਹ ਤਾਂ ਮੈਨੂੰ ਆਪ ਨਹੀਂ ਪਤਾ, ਪਰ ਬੜੇ ਹੈਵੀ ਬੰਦੇ ਆਉਂਦੇ। ਮੈਂ ਇਹ ਤਾਂ ਵੇਖਿਆ ਵਾ, ਇਹਨਾਂ ਦਾ ਮੈਨੂੰ ਅੰਦਾਜ਼ਾ ਹੋ ਜਾਵੇ ਵਾ ਇੰਨੀ ਵਾਰੀ ਮਰ ਮਰ ਕੇ। ਅਤੇ ਇਹ ਵੀ ਹੈ ਇਸ ਜਹਾਜ਼ 'ਚ, ਜਿਹੜਾ ਬੰਦਾ ਮਰੇ ਉਹਨੂੰ ਦੁਬਾਰਾ ਚਾਂਸ ਦਿੱਤਾ ਜਾਂਦਾ ਵਾ, ਬੜੀ ਗੱਲ ਆ ਨਾ। ਚਲੋ ਧਿਆਨ ਨਾ, ਇੱਥੇ ਹੋਰ ਵੀ ਬੜੀ ਵਾਮ ਆਉਣੀ ਆ, ਮੇਰਾ ਗਲਾ ਵੀ ਖਰਾਬ ਆ, ਨਾਲ ਮੈਂ ਕਬੂਤਰ ਵੀ ਲੈ ਕੇ ਆਇਆ। ਨਸੋ ਇਹ ਅੰਦਰ ਵੜ ਜਾਓ, ਮੈਂ ਇੱਧਰ ਹੀ ਹਮੇਸ਼ਾ ਜਾਂਦਾ, ਸਿੱਧਾ ਉੱਤੋਂ ਆਵਾਂ ਅਤੇ ਉੱਤੋਂ ਹਰ ਪਾਸਿਓਂ ਪੈਣ ਲੱਗ ਪੈਂਦੀ, ਅੰਦਰ ਮੈਂ ਇਹਦੇ ਵਿੱਚ ਜਿੱਦਾਂ ਜਾ ਦੇ ਉੱਤੋਂ ਥੱਲੋਂ ਪੈਣ ਲੱਗ ਪੈਂਦੀਆਂ ਗੋਲੀਆਂ। ਇੱਧਰ ਵੀ ਆਪਾਂ ਫੜਨੀ ਪਿਸਤੌਲ, ਇੱਕ ਪੈਸਾ ਵੀ ਲੱਭ ਗਿਆ, ਚੱਲ ਵੀ ਗੋਲੀਆਂ ਚੁੱਟ। ਕਬੂਤਰ ਤੂੰ ਜਾ, ਐਵੇਂ ਮਰ ਜਾਏ ਜਾ, ਚੱਲ ਵੀ ਉੱਤੇ ਧਿਆਨ ਨਾ। ਓਏ ਓ ਇੱਧਰ ਹੀ ਉਹ ਲੈ, ਇੱਧਰ ਆ, ਮਰ ਗਿਆ। ਕਾਊਂਟ ਡਾਊਨ ਸਟਾਰਟ, ਕਿਹੜਾ ਚੜੀ ਜੜ ਦਿਨ ਜੀ ਉਹ ਹਿਸਾਬ ਹੋ ਜਾਏ ਇੱਥੇ ਦੇ। ਇਹ ਜਨਾਨੀ ਨੇ ਮਾਰਤਾ ਯਾਰ, ਸਾਨੂੰ ਜਨਾਨੀ ਹੀ ਮਾਰਤੀ, ਬੰਦੇ ਮਾਰਤੀ ਨਹੀਂ ਆ। ਹੁਣ ਆਪਾਂ ਦੂਜੇ ਜਾ ਕੇ ਜਾਣਾ, ਇੱਥੇ ਨੇੜੇ ਹੈਗਾ, ਇੱਥੇ ਦੁਬਾਰਾ ਆਪਾਂ ਨੂੰ ਚਾਂਸ ਮਿਲਿਆ ਵਾ। ਕਮ ਅਜ਼ ਕਮ ਯਾਰ 10 ਬੰਦੇ ਤਾਂ ਮਾਰਨੇ ਆ, ਉਸ ਦਿਨ 5 ਮਾੜੇ ਸੀ, ਉਸ ਤੋਂ ਬਾਅਦ ਹਮੇਸ਼ਾ ਜਿੰਨੀ ਵਾਰੀ ਗੇਮ ਖੇਡੀ ਇੱਕ ਮਾਰਿਆ, ਅੱਧਾ ਮਾਰਿਆ ਬਸ, ਕਦੀ ਵੀ ਨਹੀਂ 5 ਵੀ ਨਹੀਂ ਮਾਰੇ। 5 ਕੀ, ਮੈਂ 90 'ਤੇ ਮਰਦਾ ਰਿਹਾ, 80 'ਤੇ ਮਰਦਾ ਰਿਹਾ। ਹੁਣ ਮੈਂ ਚੱਲਾਂ ਉਸ ਜਹਾਜ਼ ਦੇ ਉੱਤੇ, ਉੱਥੇ ਹੁਣ ਬੰਦੇ ਆਏ ਹੋਣੇ ਆ, ਪੜੋ ਪੜੋ ਆਪਾਂ ਮਾਰਨੇ ਆ, ਬਸ ਆਪਣਾ ਕੰਮ ਹੀ ਮਾਰਨਾ ਇੱਕ ਦੂਜੇ ਨੂੰ। ਇਨਸਾਨ ਦਾ ਉਂਝ ਵੀ ਅੱਜ ਕੱਲ੍ਹ ਕੰਮ ਦੁਨੀਆ ਦੇ ਇਹੀ ਆ, ਇੱਕ ਦੂਜੇ ਨੂੰ ਮਾਰਨਾ। ਚਲੋ ਛੇਤੀ ਛੇਤੀ ਦੌੜੋ, ਇਸ ਤੋਂ ਪਹਿਲੇ ਤਾਂ ਕੋਈ ਹੋਰ ਮਾਰਦੇ ਸਾਨੂੰ, ਅਸੀਂ ਉਹਨਾਂ ਨੂੰ ਮਾਰਤੀਏ। ਯਾਰ ਇਹਦੇ ਵਿੱਚ ਨਾ ਟੀਮ ਵਾਲਾ ਹਿਸਾਬ ਵੀ ਹੁੰਦਾ ਵਾ, ਹੈ ਨਾ, ਮੈਨੂੰ ਪਤਾ ਨਹੀਂ ਹੈ, ਤੂੰ ਟੀਮ ਯਾਨੀ ਤਾਂ 2-3 ਬੰਦੇ ਇਕੱਠੇ ਹੋ ਗਏ ਸੱਦੇ, ਹਲੇ ਮੈਨੂੰ ਪਤਾ ਨਹੀਂ ਨਾ ਇੰਨਾ, ਹੌਲੀ ਹੌਲੀ ਪੰਜੇ ਪੁੰਜੇ ਲਵਾਂਗੇ ਪਤਾ ਲੱਗ ਜਾਏਗਾ। ਉਹ ਸਾਹਮਣੇ ਹੈ ਰਹੇ, ਹੈ ਨਾ, ਸਾਹਮਣੇ ਦੋ ਜਣੇ ਆਪਸ ਲੜਦੇ ਪਏ, ਫਾੜੋ ਇਹਨੂੰ, ਇਹਨੂੰ ਮਾਰਨਾ ਵਾ, ਮਾਰ ਇਹਨੂੰ, ਵੱਜੀ ਵੱਜੀ ਵੱਜੀ, ਓਏ ਗੋਲੀ ਮੋਜੀ, ਦੌੜ ਦੌੜ ਕੇ ਮਾਰਨਾ ਵਾ, ਖਲੋਤਾ ਰਹੇ ਨੇ ਮਾਰੀ ਜਾਣਾ, ਮਾਰ 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 ਮਾਰ, ਮਾਰਤਾ ਯੈਸ। ਓਏ ਇੱਥੇ ਇੱਥੇ ਹੋਰ ਸੀ ਜਿਹੜਾ ਇਹਦੇ ਨਾਲ ਲੜਦਾ ਪਿਆ ਸੀ, ਉਹਨੂੰ ਵੀ ਲੱਭੋ ਚੱਲ ਕੇ, ਉਹ ਸ਼ੋਅ ਹੁੰਦਾ ਮੈਪ ਦੇ ਵਿੱਚ। ਪਹਿਲੇ ਇਹਦਾ ਡੱਬਾ ਫੜੀ ਗਈ ਯਾਰ, ਮੈਨੂੰ ਕੁਛ ਵੀ ਨਹੀਂ ਹੈਗਾ, ਹਲੇ ਹੁਣ ਮੈਂ ਜਹਾਜ਼ ਤੋਂ ਉਤਰੀ ਦੁਬਾਰਾ, ਪਹਿਲੀ ਵਾਰੀ ਅਗਲਿਆਂ ਨੇ ਸਵਾਦ ਝਾੜ ਪਈ ਤਾਂ ਮੈਨੂੰ। ਇੱਧਰ ਨੂੰ ਵੜ ਕੇ ਆ, ਹੁਣ ਨਹੀਂ ਨਜ਼ਰ ਆਉਣਾ, ਮੈਨੂੰ ਇੰਝ ਪਤਾ ਆਉਣਾ, ਇਹ ਬਾਅਦ 'ਚ ਨਜ਼ਰ ਨਹੀਂ ਆਉਂਦੇ ਆ, ਗਾਇਬ ਹੋ ਜਾਂਦੇ। ਆਪਾਂ ਜਹਾਜ਼ 'ਤੇ ਚੱਲੀਏ ਯਾਰ, ਫਿਰ ਜਹਾਜ਼ ਦਾ ਪਿਛਲਾ ਪਾਸਾ ਏ, ਅਤੇ ਉਹ ਅੱਗੋਂ ਫਿਰ ਚੁੰਮ ਕੇ ਆਉਣਾ ਪੈਣਾ ਵਾ। ਚਲੋ ਉਹ ਨਾ ਸਾਹਮਣੇ ਡੱਡੀ ਵੀ ਖਲੋਤੀ ਇੱਥੇ, ਆਪਾਂ ਚੱਲੀਏ ਬਸ, ਤੂੰ ਘਰ ਚੱਲ ਜਾ, ਐਵੇਂ ਮਰ ਜਾਏ ਜਾ, ਇੱਥੇ ਭਾਈ ਬਹੁਤ ਗੋਲੀਆਂ ਵਿਛਦੀਆਂ ਵਾ, ਉਹ ਸਾਹਮਣੇ ਹੀ ਮਾਰਦੇ ਮਾਰਦੇ, ਦੂਰੋਂ ਹੀ ਮਾਰਦੇ, ਮਾਰਤਾ ਯੈਸ, ਸਵਾਦ ਆ ਰਿਹਾ ਵੀ ਦੋ ਬੰਦੇ ਮਾਰ ਕੇ, 10 ਕੇ ਮਾਰਨੇ ਆਪਾਂ, 10 ਕੇ ਨਹੀਂ 10 ਚਮ ਅਸ ਚਮ ਮਾਰਨੇ ਆ, 10 ਕੇ ਕਿਸੇ ਨੂੰ ਮਾਰਤਾ ਉਹਨੇ ਮੈਨੂੰ ਮਾਰ ਦੇਣਾ। ਆਪਾਂ ਇਸ ਇਹਦੇ ਅੰਦਰ ਜਾਣਾ ਹੈ, ਚੋੜੀ ਸਹੀ ਤਰ੍ਹਾਂ ਫਿਰ ਫੁਰ ਕੇ ਆਉਣਾ, ਮੈਨੂੰ ਪਤਾ ਨਹੀਂ ਹੈ ਨਾ ਕਦੀ ਉਹਨਾਂ ਨੇ ਟਿਕਾ ਨਹੀਂ ਦਿੱਤਾ ਮੈਨੂੰ, 5 ਮਿੰਟਾਂ 'ਚ ਮਾਰ ਕੇ ਵਾਪਸ ਭੇਜ ਦਿੰਦੇ ਆ, ਅੰਦਰ ਜਾਓ ਤਾਂ ਰਸਤੀ ਮਾਰ ਕੇ ਵਾਪਸ, ਚੱਲ ਫਿਰ ਮਾਰ ਕੇ ਵਾਪਸ, ਛੇਤੀ ਛੇਤੀ ਚਲੋ।
ਕੋਈ ਸ਼ੋਅ ਹੀ ਨਹੀਂ ਆਉਂਦੇ ਮੈਪ ਦੇ ਵਿੱਚ। ਆਪਾਂ ਥੋੜ੍ਹੀ ਜਿਹੀ ਡਰਿੰਕ ਕਰਦੀ ਹੋਣੀ ਚਾਹੀਦੀ ਆ, ਹੈਲਥ ਫੋਟੋ ਲੈਣੀ ਚਾਹੀਦੀ ਆ, ਕਿਉਂ ਕਦੀ ਵੀ ਮਾਰ ਕੇ ਅਗਲੇ ਪੈਸੇ ਸਭ ਗੈਪ ਹੋ ਜਾਂਦੇ ਆ, ਕਿਸੇ ਦਾ ਯਕੀਨ ਨਹੀਂ ਇੱਥੇ, ਕੋਈ ਵੀ ਨਜ਼ਰ ਨਹੀਂ ਆਉਣ ਡਿਆ ਦੂਲ ਦੂਲ ਦੀ ਯਾਰ। ਜਹਾਜ਼ ਦੇ ਅੰਦਰ ਹੀ ਵੜੇ ਹੁਣ, ਮੈਨੂੰ ਤਾਂ ਲੱਗਦਾ ਸਾਰੇ ਆਪਾਂ ਵੀ ਚੱਲੇ ਜਹਾਜ਼ ਦੇ ਅੰਦਰ, ਫਿਰ ਛੇਤੀ ਛੇਤੀ ਪਹੁੰਚੀਏ। ਬਸ ਇਹ ਨਾ ਹੋਵੇ ਸਾਨੂੰ ਹੁਣ ਫਿਰ ਕੋਈ ਮਾਰ ਦੇ, ਜੇ ਹੁਣ ਕਿਸੇ ਨੂੰ ਮਾਰਤਾ ਫਿਰ ਕੋਈ ਚਾਂਸ ਨਹੀਂ ਮਿਲਣਾ ਵਾਪਸ ਆਉਣ ਦਾ, ਫਿਰ ਕੋਈ ਕਾਊਂਟ ਡਾਊਨ ਨਹੀਂ ਹੋਣਾ, ਫਿਰ ਸਾਡਾ ਡੈੱਡ ਵਾਲਾ ਹੀ ਹੋਣਾ। ਹੁਣ ਧਿਆਨ ਨਾ, ਅੱਧੀ ਝੋਲੀ ਮਾਰ ਚੱਲਦੇ ਹਾਂ। ਆਹ ਡੱਬਾ ਪਿਆ, ਲਾਸ਼ਾਂ ਵਿਛੀਆਂ ਪਹਿਲੇ ਕਿਸੇ ਦੀਆਂ, ਇੱਥੇ ਇੱਥੇ ਪਿੱਛੇ ਡੱਬਾ ਪਿਆ ਹੁੰਦਾ। ਹੈਲਥ ਪਈ ਇੱਥੇ, ਫੜੀਏ ਇਹਨੂੰ, ਤਾਂ ਹੈਲਥ ਬਹੁਤ ਲੋੜ ਆ। ਮੇਰੇ ਤੋਂ ਸਿਰਫ ਇੱਥੇ ਪਿਸਤੌਲ ਆ, ਦੂਜੀ ਬਾਈ ਗੋਲੀ ਨਹੀਂ ਹੈਗੀ। ਧਿਆਨ ਧਿਆਨ ਨਾਲ ਜਾਣਾ ਵਾ। ਕੋਈ ਹੈ ਨਹੀਂ, ਕੋਈ ਨਜ਼ਰ ਨਹੀਂ ਆਉਣ ਡਿਆ। ਚਲੋ ਠੀਕ ਹੈ, ਨਜ਼ਰ ਨਹੀਂ ਆਉਂਦੇ ਸਾਨੂੰ, ਕੀ ਜੇ ਨਜ਼ਰ ਨਹੀਂ ਆਉਂਦੇ। ਆਪਾਂ ਫਿਰ ਜਾ ਡੱਬਾ ਫੜੀਏ, ਸਭ ਤੋਂ ਪਹਿਲੇ ਹੈਲਥ, ਹੈਲਥ ਫਸਟ, ਓਪਨ ਦਾ ਡੋਰ। ਕੀ ਲੱਭਾ ਸਾਨੂੰ? ਉਹ ਸਕੋਪ ਲੱਭੀ ਆ, ਹਾਂ ਸਕੋਪ ਲੱਭੀ ਜਾਣਾ, ਫੁੱਲ ਹੈਵੀ, ਫਿਰ ਸਵਾਦ ਆਉਂਦਾ ਵਾ। ਦੂਰ ਵੀ ਬੰਦਾ ਮਾੜੀ ਜਿਹਾ, ਫਿਰ ਗੱਲਬਾਤ ਬਣਦੀ ਆ। ਧਿਆਨ ਧਿਆਨ ਨਾਲ ਜਾਈਏ ਯਾਰ, ਇੱਥੇ ਡੱਬਿਆਂ ਪਿੱਛੇ ਲੁਕੇ ਹੁੰਦੇ ਆ, ਉੱਤੇ ਵੀ ਹੁੰਦੇ ਕਈ ਵਾਰੀ, ਤੇ ਥੱਲੇ ਵੀ ਹੁੰਦੇ ਆ। ਲੱਦਾ ਤਾਂ ਨਹੀਂ ਹੈ ਕੋਈ, ਹੈ ਤਾਂ ਇੱਥੇ, ਪਰ ਆਪਾਂ ਤਾਂ ਵੀ ਇਹਤਿਆਤ ਜ਼ਰੂਰੀ ਹੈ। ਇਹ ਨਾ ਹੋਵੇ ਅਸੀਂ ਸੋਚੀਏ ਕੋਈ ਵੀ ਨਹੀਂ ਹੈਗਾ, ਅਤੇ ਕੋਈ ਯਾਰ ਸਾਨੂੰ ਮਾਰ ਜੇ। ਉਹ ਇੱਥੇ ਤੋਂ ਸ਼ੋਅ ਹੁੰਦੇ ਆ ਨਾ ਮੈਪ ਦੇ ਵਿੱਚ, ਇੱਧਰ ਕੋਈ ਆਇਆ ਹੀ ਹੈ ਨਾ, ਉਹ ਗੈਪ ਹੋ ਗਿਆ। ਚਲੋ ਵੇਖਦੇ ਚੱਲ ਰਹੇ ਯਾਰ, ਧਿਆਨ ਨਾ ਬੜ, ਹੁਣ ਨਹੀਂ ਇੰਨਾ ਦਰਾਣਾ, ਕੋਈ ਲੋੜ ਨਹੀਂ ਹੈ ਜਾਣ ਦੀ, ਆਪਣੀ ਮੌਤ ਤੋਂ ਜਾਣਾ ਵਾ। ਦਫਾ ਚੜੋ, ਆਪਾਂ ਸਤੋਲਾਂ ਪਈਆਂ ਵਾ, ਇਹ ਜੀ ਹੋ ਗਿਆ ਵਾ। ਇਹ ਫੜੀ ਕਿਉਂ ਨਹੀਂ ਜਾਣ ਡਈ? ਇਹ ਵੇਖ ਲੈ ਯਾਰ, ਤੁਸੀਂ ਆਇਓ ਉਹ ਸਾਹਮਣੇ ਕੀ ਆ ਵੇ, ਆ ਵੇ ਉਹ ਵੇ ਸਾਹਮਣੇ ਚਮਕਦੀ ਪਈ ਹੈ ਨਾ। ਚਲੋ ਯਾਰ ਮੈਂ ਇਹਨੂੰ ਵੇਖਦਾ, ਪਹਿਲੇ ਇੱਧਰ ਵੇਖ ਲਈਏ, ਤੁਸੀਂ ਹੈ ਤਾਂ ਨਹੀਂ ਇੱਥੇ, ਬਾਅਦ 'ਚ ਕਿੱਧਰੋਂ ਵੀ ਨਿਕਲਾਂ ਤੇ ਸਾਹਮਣੇ ਆਇਆ ਇੱਧਰ ਕੋਈ ਹੈ, ਹੈ ਮੈਂ ਇਹਨੂੰ ਵੇਖਦਾ ਚੱਲ ਕੇ। ਹਾਂ ਸ਼ਾਇਦ ਚਮਕਦੀ ਪਈ ਸੀ, ਲਿਖੀ ਆ ਵਾ ਸਪੋਨ ਮਸ਼ੀਨ, ਪਤਾ ਨਹੀਂ ਮੀਟ ਆ ਤਾਂ ਪਤਾ ਨਹੀਂ ਮਸ਼ੀਨ ਲਿਖੀ ਹੈ। ਚਲੋ ਆਪਾਂ ਸਪੋਨ ਚੜਾਉਂਦੇ ਹਾਂ, ਇਹ ਨਾ ਹੋਵੇ ਸਾਨੂੰ ਹੀ ਯਾਰ ਟੁੱਟਣ ਲੱਗ ਪਏ, ਪਿੱਛੇ ਕੋਈ ਸ਼ੋਅ ਹੋਣੇ ਬੰਦਾ ਯਾਰ। ਕੀ ਹੈ ਯਾਰ ਸਾਹਮਣੇ ਨਹੀਂ ਆਉਂਦੇ, ਕੋਈ ਬਾਹਰ ਹੀ ਆ, ਵੈਸੇ ਬਾਹਰ ਹੀ ਆ, ਉਹ ਬਾਹਰ ਹੀ ਆ। ਓਈ ਮਾਰ ਇਹਨੂੰ, ਮਾਰਦੇ ਦੂੜੋ ਹੀ, ਸਕੋਪ ਇੰਨੀ ਹੈਵੀ ਲਈ ਆ, ਮਾਰਤਾ ਯੈਸ, ਤਿੰਨ ਜਣੇ ਮਾਰਤੇ ਆਪਾਂ। ਇੱਕ ਹੋਲ ਸੀ ਉਹ ਨਾ ਸ਼ੋਅ ਹੋਣ ਡਿਆ, ਪਰ ਹੁਣ ਨਜ਼ਰ ਨਹੀਂ ਆਉਣਾ ਉਹ, ਹੁਣ ਪਤਾ ਨਾ ਪਹਿਲਾਂ ਬੰਦਾ ਮਾਰ ਗਿਆ। ਇੰਝ ਹੀ ਕਰਦੇ ਆ, ਇੱਕ ਮਾਰ ਜਾ ਦੂਜਾ ਗੈਪ ਹੋ ਜਾਂਦਾ ਵਾ। ਹੁਣ ਮਸ਼ੀਨ ਸਪੋਨ ਹੋਣ 'ਚ ਟਾਈਮ ਲੈਣ ਡਈ, ਹੁਣ ਪਤਾ ਨਹੀਂ ਕੀ ਬਣਨਾ ਵਾ। ਇਹ ਨਾ ਹੋਵੇ ਹੁਣ ਸਾਨੂੰ ਯਾਰ ਟੁੱਟਣ ਲੱਭ ਪਵੇ ਉਹ, ਯਾਰ ਅਸੀਂ ਸਪੋਨ ਚੜਾਈਏ ਸਾਡਾ ਸਾਥ ਦੇਵੇ, ਪਰ ਇਹ ਵੀ ਹੋ ਸਕਦਾ ਵਾ ਅਤੇ ਸਾਡਾ ਇਹ ਨਾਲ ਦੀ ਆਣੀ ਤਾਂ ਲੜੇ, ਫਿਰ ਤਾਂ ਸਵਾਦ ਹੀ ਆਉਣਾ। ਇਨਵੈਂਟਰੀ ਖੋਲੀ ਯਾਰ, ਉਹ ਯਾਰ ਜੀ ਹੋਇਆ ਦੁਬਾਰਾ ਖੋਲ, ਪਸਤੌਲ ਸੁੱਟੀਏ, ਸ਼ਾਇਦ ਇਹਦੀ ਵਜ੍ਹਾ ਪਸਤੌਲ ਨਹੀਂ ਫੜੀ ਜਾਣ ਦੀ, ਇੱਥੇ ਪਸਤੌਲ ਆ ਮੇਰੇ ਕੋਲ। ਨਹੀਂ ਕੋਈ ਹੋਰ ਬਟਨ ਬੁਟਨ ਨਾ ਪੈ ਜਾਂਦਾ ਮੇਰੇ ਕੋਲ, ਇਸ ਤਰ੍ਹਾਂ ਫੜੀ ਨਹੀਂ ਜਾਣ ਡਈ ਆ। ਚਲੋ ਸਪੋਨ ਹੋਣ ਲੱਗੀ ਮਸ਼ੀਨ, ਪਿੱਛੇ ਆਈਏ, ਪਿੱਛੇ ਆਏ ਥੋੜ੍ਹੇ ਨਾਲ ਡੱਬੇ ਪਿੱਛੇ। ਚੱਲ ਓਏ ਓਏ, ਤੁਸੀਂ ਹੈ ਇਹਦੇ 'ਚ ਬੈਠਾ ਵਾ? ਨਹੀਂ ਬੈਠਾ, ਕੋਈ ਨਹੀਂ ਹੈ, ਆਪੇ ਟੁੱਟੀ ਜਾਣ ਡਈ।
ਉਹ ਯਾਰ ਚਲੀ ਜਾਣ ਡਿਆ ਪਿੱਛੋਂ, ਉਹ ਡੱਬਾ ਖੋਲੀਏ ਕੋਈ ਸਮਾਨ ਰੜ ਲਈਏ ਇਸ ਤੋਂ ਪਹਿਲੇ ਤਾਂ ਉਹ ਸਾਨੂੰ ਆ ਟੁੱਟਣ ਲੱਗ ਪਏ, ਨਹੀਂ ਮੈਂ ਖਲੋਤੀ ਹੋਈ ਆਰਾਮ ਨਾਲ ਉੱਤੇ, ਸਮਾਨ ਫੜਿਆ ਨਹੀਂ ਜਾਣ ਡਿਆ। ਅੱਛਾ ਉਹ ਅੱਛਾ ਅੱਛਾ ਉਹ ਹੈਂਡ ਨਾ ਪਿਆ, ਉਹ ਗੱਡੀ ਉਹ ਤੂੰ ਗੱਡੀ ਲੈ ਕੇ ਅੰਦਰ ਵੜ ਗਿਆ ਵੇ, ਉਹ ਬੂਹਾ ਬੰਦ ਕਰੋ ਸਾਰੇ, ਵੇਲ ਨਾ ਮੜੀ ਯਾਰ ਮੈਂ ਤੂੰ ਆਖਰੀ ਚਾਂਸ ਆ, ਮਿਹਰਬਾਨੀ ਵਾਲੀ ਗੱਲ ਆ ਤੇਰੀ, ਮਰ ਗਿਆ ਯੈਸ ਓਏ। ਇਸ ਵਾਰੀ ਮੈਂ ਪੂਰਾ ਹੱਥ ਨੱਪ ਕੇ ਰੱਖਿਆ, ਅੱਗੇ ਪਿੱਛੇ ਮੈਂ ਇੱਥੇ ਗੋਲੀ ਮਾਰਦਾ, ਐਤਕੀ ਮੈਂ ਨੱਪ ਕੇ ਰੱਖਿਆ ਗੋਲੀ ਦੇ ਉੱਤੇ, ਮੈਂ ਪੂਰੀ ਮਾਰ ਦੇਣੀ ਹੈ। ਉਹ ਕੋਈ ਪਿਸਤੌਲ ਲੱਭੀ, ਨਹੀਂ ਇਹ ਨਹੀਂ ਆਪਾਂ ਲੈਣੀ, ਆਪਾਂ ਚੇਂਜ ਚੜੀਏ, ਪਿਸਤੌਲ ਤਾਂ ਚਾਹੀਦੀ ਹੋਣੀ ਚਾਹੀਦੀ ਯਾਰ, ਗੋਲੀਆਂ ਲੱਭ ਜੀਆਂ ਯਾਰ, ਇੱਧਰੋਂ ਵੀ ਨਹੀਂ ਸੀ ਲੱਦੀ, ਇੱਧਰੋਂ ਇੱਧਰ ਵੀ ਵੇਖਦੇ ਹਾਂ, ਇੱਧਰ ਇੱਧਰ ਪਈਆਂ ਨਾ ਪਿਸਤੌਲਾਂ, ਇੱਥੋਂ ਇੱਥੇ ਵਾਹ ਪਿਸਤੌਲਾਂ ਪਈਆਂ ਵੇਖ ਲੈਣਾ ਕਿਹੜੀ ਸਹੀ। ਠੀਕ ਹੈ ਤੂੰ ਸਕੋਪ ਲੱਭ ਜਾਣਾ ਨਾਲ ਫੇਰ ਸਵਾਦ ਆ, ਪਿਸਤੌਲ ਤਾਂ ਠੀਕ ਹੈ ਸਕੋਪ ਨਹੀਂ ਸਹੀ, ਸਕੋਪ ਆ ਪਈ ਇਹ ਲੈ ਲਈਏ। ਚੱਲ ਦੂਜੀ ਪਿਸਤੌਲ ਵੀ ਮੈਂ ਨਾ ਵੀ ਚੇਂਜ ਕਰਾ ਦਈਏ, ਇੱਥੇ ਪਈਆਂ ਨਹੀਂ ਪਿਸਤੌਲਾਂ, ਤੂੰ ਇਹ 'ਚ ਲੈ ਲਈਏ ਨਾ, ਚੋ ਭਾਈ ਪਿਸਤੌਲਾਂ ਹੈਵੀ ਹੋਣੀਆਂ ਚਾਹੀਦੀਆਂ ਵਾ, ਇਹ ਬੰਦੇ ਬੜੇ ਹੈਵੀ ਹੈਵੀ ਆ, ਕੋਈ ਹੈ ਤਾਂ ਨਹੀਂ, ਨਹੀਂ ਮਸ਼ੀਨ ਫਿਰ ਆਪਣੇ ਵਾਸਤੇ ਨਾ, ਇਹ ਨਾ ਆਵੇ ਹੁਣ ਮੈਂ ਟੋਲ ਜਾਵਾਂ ਮੈਨੂੰ ਟੁੱਟ ਰਹੇ, ਪਾਵਰ ਪਹਿਲੇ ਫੜ ਲਈਏ ਭਾਈ, ਟ੍ਰੇਨ ਟ੍ਰੂਨ ਵੀ ਫੜ ਲਈਏ, ਸਪੇਸ ਹੀ ਨਹੀਂ ਹੈ ਵਿੱਚ, ਪਹਿਲੇ ਦੇ ਪਾਵਰਫੁੱਲ, ਟ੍ਰੇਨ 'ਚ ਫੜਨੀ ਵੈਸੇ ਜ਼ਰੂਰੀ ਸ਼ਾਇ ਵਾ, ਇੱਥੇ ਮਸ਼ੀਨ 'ਤੇ ਆਰਾਮ ਨਾਲ ਖਲੋਤੀ ਹੋਈ ਆ, ਮੈਪ ਦੇ ਵਿੱਚ ਕੋਈ ਸ਼ੋਅ ਨਹੀਂ ਆਉਣ ਡਿਆ। ਚਲੋ ਪਹਿਲੇ ਆਪਾਂ ਡਰਿੰਕ ਪੀ ਲਈਏ, ਠੀਕ ਹੈ ਫਿਰ ਆਪਾਂ ਦੂਜੀ ਡਰਿੰਕ ਫੜੀਏ, ਕਿਉਂਕਿ 75 ਤੋਂ ਜਦੋਂ ਉੱਤੇ ਹੈਲਥ ਚਲ ਜਾਵੇ ਨਾ, ਫਿਰ ਛੋਟੀ ਹੈਲਥ ਵੀ ਕੰਮ ਨਹੀਂ ਕਰਦੀ ਹੈ, ਉੱਥੇ ਫਿਰ ਡਰਿੰਕ ਦਾ ਕੰਮ ਪੈਂਦਾ ਵਾ, ਵੱਡੀ ਹੈਲਥ ਵੀ ਫੜ ਲਈਏ, ਨਹੀਂ ਸਪੇਸ ਹੈ ਦਫਾ ਕਰੋ, ਨਹੀਂ ਹੈ ਤਾਂ ਉਹ ਡੱਬੇ ਵੀ ਪਏ ਹੋਏ, ਪਹਿਲੇ ਨਹੀਂ ਸੀ ਆਇਆ, ਬਹਿਓ ਬਹਿਓ ਬਹਿ ਕੇ ਫੜੋ, ਖਲੋਤੇ ਹੋ ਮਾਰ ਤੇ ਨਾ ਚੱਲ ਜਾਏ ਸਾਨੂੰ, ਸਮਾਨ ਤਾਂ ਵਾਹਵਾ ਹੀ ਵਿੱਚ, ਉਹ ਪਿਸਤੌਲ ਵੀ ਅੱਜ ਹੈਵੀ, ਫੜੋ ਇਹਨੂੰ, ਇਹ ਉਹੀ ਆ ਨਾ ਪਿਸਤੌਲ, ਇੱਕ ਮਿੰਟ ਓਏ ਹੋਏ ਹੋ ਉਹੀ ਪਿਸਤੌਲ ਆ, ਇਹ ਪਿਸਤੌਲ ਮੈਂ ਹੈਲੋ ਗੇਮ ਦੇ ਵਿੱਚ ਅਤੇ ਕਾਲ ਆਫ ਡਿਊਟੀ ਗੇਮ ਦੇ ਵਿੱਚ ਦੋਵਾਂ 'ਚ ਵੇਖੀ ਹੈ, ਬੜੀ ਕਮਾਲ ਦੀ ਪਿਸਤੌਲ ਆ, ਮੈਨੂੰ ਤਾਂ ਬੜੀ ਪਸੰਦ ਆਏ, ਇਹੀ ਚਲਾਉਣੀ ਆ ਆਪਾਂ, ਅਤੇ ਦੂਸਰਾ ਡੱਬਾ ਵੀ ਖੋਲੀਏ ਸ਼ਾਇਦ ਇੰਤਜ਼ਾਮ ਕੁਛ ਮਿਲ ਜਾਵੇ, ਬਸ ਰੀਸਪੋਨ ਕਾਰਡ, ਇਹ ਜਾਣੀ ਕਿ ਆਪਾਂ ਰੀਸਪੋਨ ਤਾਂ ਨਹੀਂ ਉਸ ਦਿਨ ਦੇਣਾ, ਇਹ ਉਹ ਤਾਂ ਨਹੀਂ ਹੈ ਜਿਵੇਂ ਅੱਗੇ ਹੋਏ ਹਾਂ, ਵਿੱਚ ਥਾਂ ਨਹੀਂ ਹੈ ਤੁਸੀਂ ਸ਼ਾਇਦ ਸੁੱਟਣੀ ਪੈਣੀ ਆ, ਉਹ ਨਹੀਂ ਸੁੱਟੀ ਗਈ, ਦੁਬਾਰਾ ਖੋਲ ਥੱਲੇ ਆ, ਆ ਸੁੱਟ ਬਾੜ, ਹਾਂ ਹੁਣ ਦੇ ਹੁਣ ਫੜਿਆ ਜਾਂਦਾ, ਹਾਂ ਫੜਿਆ ਜੀ, ਹੁਣ ਪਤਾ ਨਹੀਂ ਆਪਾਂ ਰੀਸਪੋਨ ਹੁੰਦੇ ਆ ਤਾਂ ਨਹੀਂ, ਆਪਾਂ ਮਸ਼ੀਨ 'ਚ ਬਹਿੰਦੇ ਹੁਣ, ਲਓ ਜੀ ਮੈਂ ਪਹਿਲੀ ਵਾਰੀ ਮਸ਼ੀਨ 'ਚ ਬੈਠਾ, ਹੁਣ ਪਤਾ ਨਹੀਂ ਕੀ ਹੋਣਾ, ਲੋਂਚ ਆਪਾਂ ਕਰਦੀ ਆ, ਓਏ ਓਏ ਕੀ ਕੱਢ ਲਿਆ ਬਾੜ, ਉਹ ਕਿੱਧਰ ਗਈ, ਉਹ ਭਾਈ ਕਿੱਧਰ, ਆਪਾਂ ਉੱਡ ਸਕਦੇ, ਓਏ ਆਪਾਂ ਪਲੇਅ ਜ਼ੋਨ ਦੇ ਵਿੱਚ ਆ, ਓਏ ਹੋਏ ਆਪਾਂ ਪਲੇਅ ਜ਼ੋਨ ਦੇ ਵਿੱਚ, ਮੈਨੂੰ ਪਤਾ ਹੀ ਨਹੀਂ ਹੈ, ਆਪਾਂ ਜਹਾਜ਼ ਦੇ ਅੰਦਰ ਸੀ ਯਾਰ ਆਰਾਮ ਨਾਲ ਬੈਠੇ ਸੀ, ਕੁਛ ਵੀ ਨਹੀਂ ਸੀ ਹੈ, ਹੁਣ ਆਪਾਂ ਪਲੇਅ ਜ਼ੋਨ ਦੇ ਅੰਦਰ ਜਾਣਾ, ਜਹਾਜ਼ ਦੇ ਅੰਦਰ ਪਲੇਅ ਜ਼ੋਨ ਸ਼ੋਅ ਨਹੀਂ ਹੁੰਦਾ, ਜਾਣ ਕੇ ਨਹੀਂ ਆਉਂਦਾ, ਕੋਈ ਅਸਰ ਨਹੀਂ ਹੁੰਦਾ ਹੁੰਦਾ, ਠੀਕ ਆ ਠੀਕ ਆ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਅੱਜ ਪਤਾ ਲੱਗਿਆ, ਆਪਾਂ ਹੁਣ ਚੱਲੀਏ ਦਾਇਰੇ ਦੇ ਅੰਦਰ ਅੰਦਰ ਛੇਤੀ ਛੇਤੀ, ਇਸ ਤੋਂ ਪਹਿਲੇ ਤਾਂ ਪਿੱਛੇ ਪਿੱਛੇ ਆਈ ਵੇ ਮੈਨੂੰ ਫੜਦਾ ਹੋਇਆ, ਉਹ ਜਿੱਧਰ ਜਾਣ ਡਿਆ ਮੈਂ ਪੁੱਠਾ ਜਾਣ ਡਿਆ, ਇੱਧਰ ਨੂੰ ਜਾਣਾ ਵਾ, ਇੱਧਰ ਤਾਂ ਪਾਣੀ ਆ, ਫਸ ਜੇ ਇਹ ਪਾਣੀ ਚੱਲੇ ਜੀ, ਉਹ ਯਾਰ ਰਿਸਟ ਨਹੀਂ ਲੈਣਾ ਯਾਰ, ਜੇ ਇਹ ਰਿਵਾਜ਼ 'ਚ ਜੀ ਨਾ ਮੈਂ ਤਾਂ ਦੌੜਿਆ ਵੀ ਨਹੀਂ ਜਾਣਾ ਹੈ, ਚੱਲ ਟੁਰ ਪਿਆ ਹੁਣ ਛੇਤੀ ਛੇਤੀ, ਉਹ ਟੁਰਦੀ ਵੇਚ ਐਵੇਂ ਪਈ ਲੈ, ਇਹ ਟੁਰਦੀ ਪਈ ਹੈ ਦੌੜਦੀ ਪਈ ਹੈ, ਅੱਛਾ ਹੌਲੀ ਹੌਲੀ ਸਪੀਡ ਫੜਦੀ ਪਈ ਹੈ, ਕਾਹਲੀ ਬੜੀ ਹੈ ਨਾ ਪਿੱਛੇ ਪਲੇਅ ਜ਼ੋਨ ਪਿਆ, ਮੈਂ ਪੁੱਠਾ ਜਾਣ ਡਿਆ, ਜਾਣ ਦੇ ਹਲੇ
ਅੱਗੇ ਵੀ ਕਿਉਂ ਪੁੱਲ ਹੈਗਾ ਜਾਣ ਤਾਂ ਸਰਹੱਦ ਦੇ ਉੱਤੇ ਹੀ ਜਾਣਾ ਆਪਾਂ, ਅੱਗੋਂ ਮੁੜਾਂ ਜੇ ਆਪਾਂ ਜਾ ਰਿਹਾ ਜੇ ਹੁਣੇ ਮੁੜੇ ਤਾਂ ਪਾਣੀ ਜਾਂ ਵੀ ਡੇਰੀ ਪਤਾ ਨਹੀਂ ਚੱਲਣੀ ਜਾਂ ਨਹੀਂ। ਇਹ ਸਾਹਮਣੇ ਬੰਦਾ ਵਾ, ਰੁੱਕ ਉੱਤਰ ਬਾਹਰ, ਇਹ ਵੱਡੇ ਪਲੇਅਰ, ਇਹਨਾਂ ਦਾ ਮੈਂ ਹਿਸਾਬ ਲਾ ਲੈਂਦਾ ਵਿੱਚ ਹੀ ਆਏ ਤੂੰ। ਓ ਚੱਲ ਮੇਰੇ ਕੋਲ ਹੈ ਵੀ ਪਿਸਤੌਲ ਆ, ਮਾਰਦੇ ਨਾ ਫਿਰ ਤੈਨੂੰ। ਚੱਲ ਬਈ ਆਪਾਂ ਯਾਰ ਅੱਗੇ ਯਾਰ, ਫਿਰ ਉਹਦਾ ਡੱਬਾ ਵੀ ਫੜਾਂਗੇ, ਸਮਾਨ ਸਮੂਨ ਇਕੱਠਾ ਛੱਡਣਾ ਚਾਹੀਦਾ ਵਾ, ਪਰ ਵਿੱਚ ਥਾਂ ਤਾਂ ਹੈ ਨਹੀਂ ਆਪਣੇ ਕੋਲ ਬੈਗ ਵਿੱਚ। ਚੱਲ ਕੁਛ ਨਹੀਂ ਹੁੰਦਾ, ਇੱਕ ਵਾਰੀ ਵੇਖ ਕਹਿੰਦੇ ਸ਼ਾਇਦ ਕੋਈ ਹੈਵੀ ਚੀਜ਼ ਮਿਲ ਜੇ, ਬਹੁਤੀ ਹੈਵੀ, ਹਲੇ ਕਈ ਸ਼ਾਵਾਂ ਦਾ ਮੈਨੂੰ ਇੰਨਾ ਪਤਾ ਹੈ ਇਸ ਕਰਕੇ। ਖੋਲੋ ਡੱਬਾ, ਕੁਛ ਵੀ ਨਹੀਂ, ਗਰੀਬ ਲੋਕ ਗਰੀਬ ਸੋਚ, ਵਾਪਸ ਚਲੇ ਹਮ, ਸਾਡੇ ਤੋਂ ਹੈਵੀ ਮਸ਼ੀਨ ਹੈ। ਹਾਂਜੀ ਇਹ ਛੋਟੇ ਛੋਟੇ ਡੱਬੇ ਲਈ ਫਿਰਦੇ ਆ, ਚੱਲ ਵੀ ਮਸ਼ੀਨ ਚਲੀਏ ਆਪਾਂ, ਹੈ ਰੋਬੋਟੈਕਸ ਮੁੜ ਜਿਓ ਹੁਣ, ਹੁਣ ਕੋਈ ਨਹੀਂ ਪਾਣੀ ਪੂਣੀ ਦਾ ਖਤਰਾ ਆਪਾਂ ਨੂੰ, ਕੋਈ ਟੈਨਸ਼ਨ ਨਹੀਂ, ਇੰਜੋਏ ਕਰਕੇ ਜਾਓ। ਬਸ ਇੱਕ ਪਲੇਜ ਆਉਣੀ ਆ ਪਿੱਛੇ, ਉਹਨੂੰ ਆਪਾਂ ਨਿਬੜ ਲਾਉਂਦੇ ਆਉਂਦੇ ਨਾ, ਆਪਣਾ ਤਾਂ ਹੈਵੀ ਮਸ਼ੀਨ ਆ, ਕੁਛ ਕਹਿ ਸਕਦਾ ਕਿਸਾਨ ਨੂੰ। ਆਪਾਂ ਯਾਰ ਕਿਉਂ ਜਾਣਾ ਦਿਹਾੜੇ ਦੇ ਅੰਦਰ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਬੰਦੇ ਮਾਰਨੇ, ਬੰਦੇ ਦਿਹਾੜੇ ਦਾ ਛੇਤੀ ਆਉਂਦੇ ਹੀ ਨਹੀਂ, ਆਪਾਂ ਬਾਹਰ ਜਾਵਾਂ ਦਿਹਾੜੇ ਦੇ ਅੰਦਰ, ਬੰਦੇ ਬੁੰਦੇ ਲੱਭੀਏ ਮਾੜੀਏ। ਪਹਿਲੇ ਵੀ ਮੈਂ ਪਿਛਲੀ ਵਾਰੀ ਵੀ ਇੰਜ ਕੀਤਾ, ਦਿਹਾੜੇ ਦੇ ਅੰਦਰ ਜਦ ਬਹਿ ਰਹੇ ਆ ਫਿਰ ਮਾੜੇ ਹੀ ਕੋਈ ਨਹੀਂ। ਚਲੋ ਡਰਿੰਕ ਪੀ ਲਈ ਆ, ਹੁਣ ਚਲਦੇ ਹਾਂ ਆਪਾਂ, ਪੰਜ ਮਾੜੇ ਯਾਰ, ਹਾਲੇ ਵੀ ਪਿਛਲੇ ਵਾਲਾ ਹਿਸਾਬ ਵੀ ਆ, ਐਤਕੀ ਆਪਾਂ 10 ਮਾਰਨੇ ਆ, ਕੋਸ਼ਿਸ਼ ਕਰਨੀ ਆ, ਹੁਣ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ। ਉਹ ਗਲਤ ਥਾਂ ਜਾਣ ਡਿਆ ਪਿੱਛੇ ਮੁੜ, ਕਿਉਂ ਮੌਤ ਵੱਲ ਜਾਣ ਡਿਆ ਆਪਣੀ ਵੱਲ, ਜ਼ਿੰਦਗੀ ਪਿਆਰੀ ਨਹੀਂ ਤੈਨੂੰ, ਛੇਤੀ ਦੌੜ ਇੱਥੋਂ, ਉਹਨੇ ਪਿੱਛੇ ਆ ਗਿਆ ਨਾ ਤੇਰਾ ਜਨਾਹ ਸਾੜ ਦੇਣਾ ਉਹਨੇ, ਓਏ ਘਰਾਂ ਚੱਲਾਂ ਵਾ, ਤੂੰ ਫਸ ਜਾਣਾ ਇੱਥੇ, ਐਡੀ ਵੱਡੀ ਮਸ਼ੀਨ ਮੈਂ ਲੈ ਆਇਆ ਨਾਲ, ਜਾਣਾ ਤਾਂ ਪੁੱਠਾ ਹੀ ਹੈ, ਇਹ ਵੀ ਪੁੱਠਾ ਪਾਸਾ ਵਾ, ਇੱਦਾਂ ਨੂੰ ਜਾਣਾ ਆਪਾਂ। ਚਲੋ ਕੋਈ ਬੰਦਾ ਨਹੀਂ ਨਜ਼ਰ ਆਉਂਦਾ ਯਾਰ, ਘਰਾਂ 'ਚ ਬੰਦੇ ਹੁੰਦੇ ਵੈਸੇ ਨਜ਼ਰ ਨਹੀਂ ਆਉਣ ਡੇ, ਮੈਂ ਬੰਦੇ ਮਾਰਨ ਪਿੱਛੇ ਇੰਨਾ ਫਿਰਦਾ ਪਿਆ। ਮੈਂ ਸੋਚਿਆ ਸੀ ਬੜੀ ਹੈਵੀ ਗੇਮ ਆ, ਸ਼ੁਰੂ ਤਾਂ ਉਹਨਾਂ ਰੈਂਚ ਉਠਾਇਆ ਸੀ ਇੰਨੇ ਇੰਨੇ ਹੈਵੀ, 95 ਪਤਾ ਨਹੀਂ ਕਹਿੰਦਾ ਕਹਿੰਦਾ ਰੈਂਚ ਸੀ, ਇੰਨਾ ਸਾਡਾ ਹੈਵੀ ਹੈਵੀ, ਮੈਂ ਤਾਂ ਆਹ ਫਰਾਣ ਹੋ ਰਿਹਾ, ਮੈਂ ਇਹ ਜਿੱਤ ਜਾਣੀ ਹੈ ਸਦੋਂ ਇੱਥੇ, ਉਹੀ ਗੇਮ ਆ ਜਿਹਦੀ ਮੈਂ ਇੱਥੇ ਪਹੁੰਚ ਰਿਹਾ। ਦੂਜੀਆਂ ਤਾਂ ਚਲੋ 50-50 ਹੁੰਦੇ ਸੀ ਰੈਂਚ, ਮੈਂ ਚਲੋ ਛੋਟੇ ਛੋਟੇ ਮਰ ਜਾਂਦਾ ਸੀ ਉਹਨਾਂ 'ਤੇ 50-50 'ਤੇ, ਐਂ ਕਿ 95 ਦਾ ਰੈਂਚ ਆਇਆ ਅਤੇ ਮੈਂ ਇੱਥੇ ਪਹੁੰਚ ਗਿਆ। ਬੜੀ ਗੱਲ ਆ ਯਾਰ, ਵੇਖ ਲਾ ਜੀ ਉਹ ਕ੍ਰਿਸਮਸ ਆ ਦਿੰਦੀ ਆ, ਦਿਹਾੜੇ ਦੇ ਅੰਦਰ ਹੀ ਆ ਮੈਂ, ਟੈਨਸ਼ਨ ਕੋਈ ਨਹੀਂ, ਕੋਈ ਆ ਜੋ ਕੋਈ ਤਾਂ ਆ ਜਾਓ ਯਾਰ, ਉਹ ਸਾਹਮਣੇ ਹੈ ਹੀ ਹੈ ਨਾ, ਸਾਹਮਣੇ ਹੈ ਹੀ ਇੱਕ ਉੱਤਰ ਬਾਲ, ਇਹ ਉੱਡਣ ਲੱਗ ਪਈ ਬਾਹਾਂ 'ਚ, ਗਲਤ ਪਟਣਾ ਪਤਾ ਵਾ ਇੱਥੇ ਆ, ਆ ਜਾ ਨਜ਼ਰ ਕਿੱਥੇ ਚੱਲ ਗਿਆ ਵਾ, ਇੱਥੇ ਹੈ ਸੀ ਯਾਰ ਮੈਂ ਵਿੱਚ, ਗੱਡੀ ਦਾ ਚਾਂਡ ਓਏ ਫੜ ਮੈਨੂੰ, ਓਏ ਕਿੱਧਰ, ਉਹਨੇ ਮਸ਼ੀਨ ਦੇ ਵਿੱਚ ਮਾੜੀ ਲਿਆ ਕੇ, ਉਹਨੂੰ ਲੱਗਿਆ ਮੈਂ ਮਸ਼ੀਨ ਦੇ ਵਿੱਚ ਬੈਠਾ, ਪਰ ਆਪਾਂ ਤਾਂ ਬਾਹਰ ਆ, ਓਏ ਆਪਣੀ ਮਸ਼ੀਨ ਦੀ ਮਾੜੀ ਜਾਂਡ, ਤੂੰ ਤਾਂ ਫੜ ਲਓ ਜਾਂ, ਚਲੋ ਨੀਲ ਜੇ ਆਓ ਤੁਸੀਂ ਮਾਰ ਲਿਆ ਉਹਨੂੰ, ਨੀਲ ਜੇ ਹੁਣ ਨਹੀਂ ਵਾਪਸ ਆਉਂਦਾ, ਉਹਨੂੰ ਪਤਾ ਸੀ ਮਸ਼ੀਨ ਲੋਤੀ ਆ, ਹੁਣ ਤੂੰ ਮਸ਼ੀਨ ਫੜ ਅਤੇ ਉਹਦੇ ਪਿੱਛੇ ਚੱਲ, ਜੇ ਲੱਭਦਾ ਠੀਕ ਹੈ ਨਹੀਂ ਵਾਪਸ ਆ ਜਾ, ਚੱਲ ਬੈ ਵਿੱਚ ਵੇਖ ਨਜ਼ਰ ਆਉਣ ਡਿਆ ਕੋਈ, ਨਜ਼ਰ ਤਾਂ ਨਹੀਂ ਆਉਣ ਡਿਆ ਵੈਸੇ, ਇਹ ਥੋੜ੍ਹੀ ਉਹ ਦਰਖਤ ਪਿੱਛੇ ਲੱਦਾ ਤਾਂ ਆ ਮੈਨੂੰ, ਥੋੜ੍ਹਾ ਟੋਲੀਏ ਫਿਰ ਤਾਂ ਆਉਣਾ, ਜੇ ਨਾ ਹੋਇਆ ਆਪਾਂ ਵਾਪਸ ਆਈਆਂ ਜੋ, ਸਾਰੀ ਟੈਨਸ਼ਨ ਆਹ ਦਰਖਤ ਤੋਂ ਨਹੀਂ ਹੈ, ਚਲੋ ਚਲੀਏ ਨਿਕਲ ਜਾ ਬਾਈ, ਅੱਲਾ ਹੁਣ ਨਹੀਂ ਨਜ਼ਰ ਆਉਣਾ, ਸਿਆਣਾ ਵਾ ਉਹਨੂੰ ਪਤਾ ਵਾ ਹੈਵੀ ਮਸ਼ੀਨਾਂ ਆ ਗਈਆਂ ਵਾ, ਮੈਂ ਬਾਈ ਪਹਿਲੀ ਵਾਰੀ ਫੜੀ ਮੈਂ ਖੁਸ਼ ਹਾਂ ਇਹਦੇ 'ਤੇ।
ਸਾਹ ਦੇਣ ਦੀ ਥੋੜ੍ਹਾ ਜਿਹਾ ਨਾ, ਪੰਜ ਬੰਦੇ ਮਾਰਤੇ ਦੀ ਹੋਏ ਤੋਂ ਲੋਕ ਇਹਨਾਂ 'ਤੇ ਧਿਆਨ ਲੱਗ ਜਾਂਦੇ ਆ, ਮੈਂ ਬੰਦੇ ਮਾਰੀ ਜਾਂਦਾ। ਚਲੋ ਫਿਰ ਆਪਾਂ ਹੋਰ ਬੰਦੇ ਚੱਲ ਕੇ ਲੱਭੀਏ। ਉਹ ਸਾਹਮਣੇ ਸ਼ੋਅ ਆ ਜੀ, ਇੱਟ ਇੱਟ ਆ, ਦੋ ਆ, ਉਹ ਦੋ ਕਿੰਨੇ ਆ? ਦੋ ਹੀ ਆ, ਦੋ ਹੀ ਆ, ਠੀਕ ਆ। ਵੀ ਆਹ ਚਲਾਉਣੀ ਕਿਵੇਂ ਆ? ਵੀ ਤੁਸੀਂ ਪਿਸਤੌਲ ਵੀ ਚਲਾਉਣੀ ਆਉਂਦੀ ਹੈ? ਉਹ ਆਹ ਹੀ ਖੋਲ ਗਿਆ, ਆਹ ਦੂਜੀ ਪਿਸਤੌਲ ਆ ਗਈ। ਉਹ ਯਾਰ ਕੀ ਫਿਲਮ ਆ, ਇਹ ਚਲਾਉਣੀ ਵੀ ਨਹੀਂ ਆਉਂਦੀ ਮੈਨੂੰ ਮਸ਼ੀਨ, ਸਿਰਫ ਭਜਾਣੀ ਹੀ ਆਉਂਦੀ। ਪਿੱਛੇ ਹੀ ਬੰਦਾ ਸ਼ੋਅ ਹੋਇਆ ਜੀ, ਇੱਧਰ ਵੀ ਆਇਆ ਜੀ। ਯਾਰ ਕੀ ਹੈ ਯਾਰ, ਚਲਾਉਣੀ ਕਿਵੇਂ? ਤੁਸੀਂ ਮਾਰਦੀ ਨਹੀਂ ਬਈ। ਉਹ ਯਾਰ ਕੀ ਬਣ ਗਿਆ, ਉਹ ਬੱਚਾ ਛੱਡਤਾ ਇਹਨੇ? ਉਹ ਕਿੱਧਰ ਚੱਲਣਾ ਵਾ, ਉਹ ਕਿੱਧਰ ਮਰ ਚੱਲਾਂ? ਵਾਪਸ ਆਉਣੀ ਵਾਲਾ ਇੱਥੇ, ਅੱਗੇ ਮੌਤ ਬੈਠੀ ਤੇਰੀ। ਉਹ ਵਾਪਸ ਜਾ, ਵਾਪਸ ਜਾ, ਮੇਰਾ ਭੜਾ ਐਡਾ ਤੂੰ ਰਹਿੰਦਾ ਨਹੀਂ। ਉਤਰ ਯਾਰ, ਨਹੀਂ ਵਾਲੇ ਇੱਥੋਂ ਬਾਹਰ, ਇਹਨਾਂ ਨੇ ਕੁਛ ਨਹੀਂ ਕਰਨਾ ਹੈ, ਇਹਨਾਂ ਤੈਨੂੰ ਮੜਵਾ ਦੇਣਾ ਵਾ, ਤੈਨੂੰ ਆਪ ਵੀ ਸਾਰਾ ਕੁਛ ਸਾਹਮਣਾ ਪੈਣਾ ਵਾ। ਆਈਓ ਬਾਹਰ ਹੁਣ, ਇੱਕ ਉਹ ਖਲੋਤਾ ਹੀ, ਮਾਰ ਨਹੀਂ ਦੇ, ਚੱਲ ਇਹਨੂੰ ਮਾਰ ਜਿਹੜਾ ਤੇ ਖੋਤਾ ਵਾ, ਮਾਰਤਾ ਚੱਲ ਦੇ, ਚੱਲ ਬਾਹਰ ਆਓ ਤੂੰ ਵੀ, ਅੰਦਰ ਵੜ ਗਿਆ, ਆਈਆ ਬਾਹਰ, ਨੀਅਰ ਬਾਹਰ ਕਿਸੇ, ਆਈਆ ਬਾਹਰ, ਤੇਰਾ ਇੰਤਜ਼ਾਰ ਚੱਲਦਾ ਮੈਂ ਤੈਨੂੰ ਮਾਰਨ ਵਾਸਤੇ, ਚੱਲ ਸੱਤ ਮਾਰਦੇ ਆਪਾਂ ਹੁਣ ਬਹੀਏ ਇਹਦੇ 'ਚ। ਉਹ ਕਿਵੇਂ ਚਲਾਉਣੀ ਕਿਵੇਂ ਮੈਨੂੰ ਇਹਦਾ ਦੱਸਦਾ, ਸਿਰਫ ਹੁਣ ਕਿਵੇਂ ਜੁੜੇ ਦੇ ਇਹਦੇ ਨਾਲ, ਜੁੜੇ ਜੀ ਲੈ, ਨਹੀਂ ਜੁੜਦੀ ਪਈ, ਮੈਂ ਬਟਨ ਪਤਾ ਪਤਾ ਕਿਹੜਾ ਬਟਨ ਆਪਣਾ ਵਾ, ਉਹ ਆਪਣਾ ਦਫਾ ਚੱਲ ਇਹਨਾਂ ਨੂੰ ਯਾਰ, ਮੈਂ ਕਹਿੰਦਾ ਛੱਡ ਦੇ ਨਿਕਲੀਏ, ਪਲੇਜ਼ ਉਹ ਸਿਰ ਦੇ ਉੱਤੇ ਲੋਤਾ ਵਾ, ਇਹ ਆਡਾ ਲਾਉਣ ਡੀਆਂ ਵਾ, ਕੋਈ ਗੱਲ ਆ ਯਾਰ, ਵੇਖ ਕਿੰਨਾ ਨੇੜੇ ਆ ਜਾਇਆ, ਮੈਂ ਕਿੱਥੇ ਫਸਿਆ ਪਿਆ ਵਾਂ। ਵੈਸੇ ਯਾਰ ਮੈਂ ਜਾਣ ਹੀ ਹੋਣਾ, ਜੇ ਨਾ ਗੱਡੀ ਲੱਭੀ ਨਾ, ਨਾ ਕੋਈ ਸ਼ਹਿਰ ਨਾ ਲੱਭੀ, ਅਤੇ ਮੇਰੇ ਤੋਂ ਵਾਪਸ ਨਹੀਂ ਜਾ, ਉਹ ਦਹਿਰੇ ਦੇ ਅੰਦਰ ਜਾਣ ਹੀ ਹੋਣਾ, ਪਲੇਜ਼ ਉਹਨੇ ਆਇਆ ਨਾ ਉੱਤੋਂ, ਮੈਨੂੰ ਮਸ਼ੀਨ ਤੋਂ ਜਾਣਾ ਚਾਹੀਦਾ ਯਾਰ ਵਾਪਸ ਮੇਰੇ ਖਿਆਲ ਨਾਲ, ਤਾਂ ਕਿਉਂਕਿ ਯਾਰ ਮੇਰੇ ਪਲੇਅਰ ਦੀ ਸਪੀਡ ਨਹੀਂ ਹੈ, ਜੇ ਪਲੇਅਰ ਜ਼ੋਨ ਆਵੇ ਤਾਂ ਪਲੇਅਰ ਜ਼ੋਨ ਤਾਂ ਬਹੁਤ ਸਪੀਡ ਨਾਲ ਭੱਜ ਪਵੇ, ਮੈਨੂੰ ਨਹੀਂ ਲੱਗਦਾ ਇਹ ਭੱਜੇਗਾ। ਇਸ ਤਰ੍ਹਾਂ ਤਾਂ ਮੈਨੂੰ ਕੋਈ ਗੱਡੀ ਜਾਂ ਮੇਰੀ ਮਸ਼ੀਨ ਨੂੰ ਵਾਪਸ ਚਾਹੀਦੀ ਹੋਣੀ ਹੈ, ਬਹੁਤ ਲੋਡ ਆ ਹੁਣ, ਮਜਬੂਰੀ ਹੈ ਯਾਰ, ਜਾਣਾ ਪੈਣਾ ਹੈ ਵਾਪਸ। ਚਲੋ ਵੇਖਦੇ ਹਾਂ ਯਾਰ, ਇੱਕ ਵਾਰੀ ਹੁਣ ਚੱਲ ਕੇ ਬੱਚਾ ਹੀ ਲੱਭ ਜਾ, ਤਾਂ ਉਹਦੇ ਆਪਾਂ ਕੰਮ ਸਾਰ ਲੈਣਾ ਵਾ, ਭਾਵੇਂ ਬੱਚਾ ਆਈਏ ਭਾਵੇਂ ਮਸ਼ੀਨ ਆਈਏ, ਆਪਾਂ ਜਾਣਾ ਹੀ ਆ ਸਿਰਫ। ਚਲੋ ਬੈਠੋ ਵਿੱਚ। ਓਏ ਓਏ, ਯਕੀਨ ਮੰਨੋ ਮੈਂ ਇੱਥੇ ਵੀ ਬੜਾ ਨਹੀਂ ਨੱਪਿਆ, ਆਪ ਹੀ ਜੁੜ ਜੀ ਕਹਿੰਦੇ ਨਾ, ਮੈਨੂੰ ਤਾਂ ਆਪ ਨਹੀਂ ਪਤਾ ਕੀ ਹੋਇਆ ਵਾ। ਚਲੋ ਫਿਰ ਡੱਬਾ ਫੜੀਏ ਯਾਰ, ਮੈਨੂੰ ਪਿਸਤੌਲ ਵੀ ਕੋਈ ਨਹੀਂ ਹੈ, ਕੋਈ ਸ਼ਹਿਰ ਸ਼ਹਿਰ ਲੱਭ ਜਾਵੇ, ਬੰਦੇ ਬੰਦੇ ਮਾੜੇ ਆ ਨਾ, ਕੋਈ ਕੰਮ ਦੀ ਸ਼ਹਿਰ ਲੱਭ ਜਾਵੇ। ਉਹ ਲੈ ਫਿਰ ਬਹਿ ਗਿਆ ਵਿੱਚ, ਤੈਨੂੰ ਬਹੁਤਾ ਸਵਾਦ ਆਉਣ ਡਿਆ ਵਾ, ਨਾਲ ਆਪਣੇ ਚਾਪ ਨੂੰ ਵੀ ਲਈ ਫਿਰਦਾ ਵਾ, ਇਹਨੂੰ ਤਾਂ ਡਾ ਦੇ ਕਿਸ ਤਰੀਕੇ ਨਾਲ, ਮੈਨੂੰ ਡਾਉਣਾ ਵੀ ਨਹੀਂ ਆਉਂਦਾ, ਇਹਨੂੰ ਮੈਂ ਝੜ ਛੱਡ ਕੇ ਆਉਣਾ ਪਤਾ ਨਹੀਂ ਕਿਵੇਂ। ਦੂਜੇ ਆਪਾਂ ਡੱਬੇ ਚਲੀਏ ਯਾਰ, ਕੁਛ ਵੀ ਨਹੀਂ ਲੱਭਾ ਚੱਜਦਾ। ਚਲੋ ਰੋਲੀਆਂ ਹੀ ਇੱਥੇ ਸਿਰਫ, ਛੇਤੀ ਚੱਲ, ਤੁਹਾਨੂੰ ਮਸ਼ੀਨ 'ਚ ਪਈ ਹੈ ਆਪਣੇ 'ਚ, ਨਿਕਲੀ ਆ ਇੱਥੋਂ ਭਾਈ, ਬਹੁਤ ਕੁੱਤੇ ਵਾਲੀ ਹੋਣ ਵਾਲੀ ਆ। ਚੱਲ ਟੁਰ ਪੈ, ਪੈਰ ਟੁੱਟੇ ਕਿਹੜੇ, ਸਹੀ ਜਾਣ ਡਿਆ ਨਾ, ਸਹੀ ਜਾਣ ਡਿਆ, ਰੀਡਨਿੰਗ 'ਚ ਪੀਲਾ ਯਾਰ, ਪਾਵਰਫੁੱਲ ਰਾ, ਕਿਸੇ ਟਾਈਮ ਵੀ ਕੋਈ ਵੀ ਆ ਸਕਦਾ ਵਾ, ਬਿਲਕੁਲ ਵੀ ਯਕੀਨ ਨਹੀਂ ਹੈ ਕਿਸੇ ਦਾ ਮੈਨੂੰ। ਚੱਲ ਚੱਲ ਦੌੜ 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 ਦੌੜ, ਪੂਰੀ ਜ਼ਮੀਨ ਹਿਲਾ ਦੌੜ ਦੌੜ ਕੇ, ਉਹ ਸਬੜ ਚੜ ਸਬੜ ਚੜ, ਲੋਈ ਐਤ ਮਿੰਟ ਇੱਥੇ ਹੈ ਕੋਈ, ਮੈਨੂੰ ਮਾਰਦਾ, ਉਹ ਗੋਲੀਆਂ ਮਾਰਦਾ ਕਿਹੜਾ, ਮੈਂ ਸਿਰ ਪਾੜ ਦੇਣਾ, ਲੋਈ ਤਾਂ ਤੂੰ, ਇਹ ਦੌੜਦਾ ਹੁਣ ਕਿੱਧਰ, ਓਏ ਵਾਪਸ ਆ, ਮੈਂ ਆਉਣ ਡਿਆ, ਨਹੀਂ ਆਉਂਦਾ ਤੇ, ਮੈਂ ਆਉਣ ਡਿਆ ਤੇਰੇ ਤੋਂ ਵੇਖੀ, ਤੁਹਾਨੂੰ ਟੁੱਟਦਾ ਮੈਂ ਆ ਰਿਹਾ, ਪਹਿਲੇ ਪੰਜਾ ਲੈ ਲਿਆ ਵਾ, ਹੁਣ ਨੱਸ ਗਿਆ ਵਾ, ਪਹਿਲਾਂ ਛੇੜੀ ਤਾਂ ਨਹੀਂ ਹੁੰਦਾ, ਚੱਲ ਸਵਾਦ ਨਾ ਲੰਮੇ ਪੈਣ, ਦੌੜ ਜਾ ਤੂੰ, ਚੱਲ ਓਏ ਓਏ, ਪਲੇਅ ਤੁਹਾਨੂੰ ਟੁਰਨ ਲੱਗ ਪਿਆ ਜੀ, ਉਹ ਛੇਤੀ ਟੁਰ, ਮਸ਼ੀਨ ਬਹਿ ਜਾ ਕੇ ਮਸ਼ੀਨ ਦੇ ਵਿੱਚ, ਫਿਰ ਟੁਰੇ ਦੀ ਮਸ਼ੀਨ ਵੀ ਬਹਿ ਜਾਓ,
ਨੱਸੋ ਓਏ ਨੱਸੋ ਓਏ ਇੱਥੋਂ ਛੇਤੀ ਪਿੱਛੇ ਅੱਜ ਲਾਤੀ ਕਿਸੇ ਨੇ ਭਾਈ ਓਏ ਘਰਾਂ 'ਚ ਆ ਗਿਆ ਯਾਰ ਇਹਨੇ ਫਸ ਜਾਣਾ ਮੈਨੂੰ ਲੱਗਦਾ ਜੀ ਬਸ ਚਲੋ ਯਾਰ ਕੁਛ ਨਹੀਂ ਹੁੰਦਾ ਜਾਣ ਤਾਂ ਹੁਣ ਕੁਛ ਨਹੀਂ ਹੁੰਦਾ ਮਾੜੀ ਜਾਣ ਦਾ ਜਿਹੜਾ ਗੋਲੀਆਂ ਮਾਰਦਾ ਕੋਈ ਨਹੀਂ ਆਪਾਂ ਵੇਖਣਾ ਤੇ ਸਾਨੂੰ ਆਪਣੀ ਜਾਨ ਬਚਾਓ ਓਏ ਆ ਗਿਆ ਪਲੇਜ਼ ਹੁਣ ਆ ਗਿਆ ਨੱਸੋ 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 ਮਸ਼ੀਨ ਸਾਹਿਬ ਨੱਸੋ ਛੇਤੀ ਨੱਸ ਮਸ਼ੀਨ ਤੇਰੇ 'ਤੇ ਹੀ ਆ ਸਾਰੀ ਗੇਮ ਮਸ਼ੀਨ ਛੇਤੀ ਦੌੜ ਓਏ ਆਦੀ ਖੁੱਲੀ ਥਾਂ ਆਦੀ ਖੁੱਲੀ ਥਾਂ ਆਦੀ ਪਲੇਜ਼ ਹੁਣ ਮੇਰੇ ਪਿੱਛੇ ਪਿੱਛੇ ਚੱਲ 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 ਮਸ਼ੀਨ ਠੀਕ ਆ ਤੂੰ ਜੇ ਅੱਜ ਨਾ ਆਉਂਦੀ ਅਤੇ ਕੱਲ੍ਹ ਮੇਰੇ ਟੋਲ ਹੋਣੇ ਸੀ ਵੱਟ ਕਹਿੰਦਾ ਨਹੀਂ ਵੱਟ ਪੱਟੀ 'ਚ ਓਏ ਹੋਏ ਹੋਏ ਛੇਤੀ ਦੌੜ ਤੂੰ ਦਫ਼ਾ ਕਰ ਹੜ ਸ਼ਾਇਆ ਨੂੰ ਆਪਾਂ ਨਹੀਂ ਵੇਖਣਾ ਕੌਣ ਕਿਹਨੂੰ ਮਾੜੀ ਜਾਣ ਡਿਆ ਓਏ ਸੋਰੀ ਯਾਰ ਉੱਧਰ ਸਾਨੂੰ ਮੇਰੀ ਸਕਰੀਨ ਰਿਕਾਰਡਰ ਬੰਦ ਹੋ ਗਈ ਸੀ ਉਹ ਬੰਦ ਹੁੰਦੀ ਆ ਉਹਦੀ ਲਿਮਿਟ ਆ ਇੱਕ ਟਾਈਮ ਦੇ ਵਿੱਚ ਇੱਕ ਲੰਮੇ ਦੇ ਵਿੱਚ ਯਾਨੀ ਕਿ ਇੰਨਾ ਰਿਕਾਰਡਰ ਆ ਸਕਦੀ ਆ ਮੈਂ ਹਲੇ ਵੀ ਦਰ ਤੋਂ ਬਾਹਰ ਹਾਂ ਥੋੜ੍ਹਾ ਜਿੰਨਾ ਲੇਕਿਨ ਕੋਈ ਗੱਲ ਨਹੀਂ ਹਲੇ ਮੈਂ ਸਟੋਰੀ ਬਾਹਰ ਹਾਂ ਅਤੇ ਬੰਦੇ ਬੁੰਦੇ ਮਾਰਨੇ ਆਪਾਂ ਸਾਈਡਾਂ ਲਏ ਸਮਝੀਦਾ ਹੁੰਦਾ ਵਾ ਯਾਰ ਮੈਂ ਸੋਚਦਾ ਪਿਆ ਵਾਂ ਆਪਾਂ ਇਸ ਕਮਰੇ ਦੇ ਅੰਦਰ ਵੜ ਜਾਈਏ ਠੀਕ ਆ ਆਹ ਮਸ਼ੀਨ ਖਲੋਤੀ ਬਾਹਰ ਇਹ ਖਲੋਤੀ ਰਿਹਾ ਜੀ ਕਿ ਜਿਹੜਾ ਬੰਦਾ ਇਹਨੂੰ ਲੈਣ ਆਏਗਾ ਉਹਨੂੰ ਮੈਂ ਮਾਰ ਦਿਆਂਗਾ ਕਿ ਨਹੀਂ ਇਹੀ ਸੋਚ ਰਿਹਾ ਮੈਂ ਤਾਂ ਬਾਕੀ ਪਤਾ ਨਹੀਂ ਹੁਣ ਕੀ ਹੋਣਾ ਖੁੱਲ੍ਹਾ ਲੈ ਆਉਂਦੇ ਬੂਆ ਹਾਂ ਇਹ ਕੋਈ ਪਤਾ ਲੱਗੇ ਵੈਸੇ ਮੈਨੂੰ ਡਰ ਲੱਗਦਾ ਵਾ ਮੈਂ ਸਟਾਲੇ ਅੰਦਰ ਆ ਕੇ ਬਹਿ ਰਹੀ ਹਾਂ ਸਹੀ ਦੱਸਾਂ ਪਸਤੂਲ ਪਸਤੂਲ ਨਾਲ ਚੇਂਜ ਕਰਦੀ ਯਾਰ ਮੋਦੀ ਸੀ ਮੇਰਾ ਕੋਈ ਵੀ ਨਹੀਂ ਆਉਣਾ ਆ ਇਹ ਚੋੜੀ ਫਿਰ ਵੀ ਸਾਡਾ ਸੁੱਟਾ ਤਾਂ ਵੇਖ ਲਈਏ ਯਾਰ ਕੋਈ ਹੈ ਨਹੀਂ ਤੋਤਾ ਜਿਹੜਾ ਸਾਡੀ ਤਾਤ 'ਚ ਬੈਠਾ ਹੋਵੇ ਹਲੇ ਪਿਆ ਥੋੜ੍ਹਾ ਜਿਹਾ ਟਾਈਮ ਪਲੇਸ ਆਉਂਦੇ ਆਉਣ ਦੇ ਵਿੱਚ ਇਸ ਤਰ੍ਹਾਂ ਤਾਂ ਮੈਂ ਖਲੋਤਾ ਹਾਂ ਜੋ ਥੋੜ੍ਹਾ ਜਿਹਾ ਟਾਈਮ ਲਾਈਏ ਉਦੋਂ ਆਪਾਂ ਚੱਲ ਜਾਂ ਅੱਜ ਕਿਉਂਕਿ ਅੱਜ ਯਾਦ ਭਾਈ ਪ੍ਰੋ ਬੰਦੇ ਹੋਣੇ ਆ ਜਿਹੜੇ ਰਹਿ ਗਏ ਆ ਉਹਨਾਂ ਨੇ ਸਾਨੂੰ ਟਪਾਉਣਾ ਹੀ ਆ ਕੋਈ ਵੀ ਨਜ਼ਰ ਨਹੀਂ ਆਉਣ ਡਿਆ ਦੂਰ ਦੂਰ ਤੱਕ ਸ਼ਾਂਤੀ ਹੋਈ ਪਈ ਨਹੀਂ ਯਾਰ ਹੋਈ ਵੀ ਨਹੀਂ ਹੈ ਪਲੇ ਜ਼ੋਨ ਵੀ ਆਉਣ ਵਾਲਾ ਵਾ ਉੱਤੇ ਆਪਸ਼ਨ ਆਉਣ ਡਿਆ ਪਿੱਛੇ ਆਈਏ ਥੋੜ੍ਹਾ ਇੰਨਾ ਵੀ ਹੈ ਇੱਥੇ ਨਹੀਂ ਯਾਰ ਇਹ ਤਾਂ ਬੜੀ ਆ ਪਿੱਛੇ ਵੇਚੀਏ ਆਪਣੇ ਪਾਸੇ ਤੁਸੀਂ ਹੈ ਤਾਂ ਠੀਕ ਆ ਨਹੀਂ ਤਾਂ ਫਿਰ ਆਪਾਂ ਨਿਕਲੀਏ ਯਾਰ ਮਸ਼ੀਨ ਲੈ ਕੇ ਕੋਈ ਵੀ ਨਹੀਂ ਹੈ ਚਲੋ ਫਿਰ ਮਸ਼ੀਨ ਨੂੰ ਫੜੀਏ ਤਾਂ ਨਿਕਲੀਏ ਭਾਈ ਹੁਣ ਜੋ ਹੋਣਾ ਵਾ ਉਹ ਤਾਂ ਹੋਣਾ ਹੀ ਆ ਕੋਈ ਰੋਲ ਨਹੀਂ ਸੱਦਾ ਉਹਨੂੰ ਇੱਕ ਵਾਰੀ ਯਾਰ ਅੱਜੇ ਮਰ ਜਾ ਉੱਥੇ ਆ ਕੇ ਅੱਜ ਦੂਜੀ ਵਾਰੀ ਉੱਥੇ ਪਹੁੰਚ ਚੱਲਣਾ ਅਤੇ ਫਿਰ ਮਰ ਜਾਵਾਂ ਤਾਂ ਫਿਰ ਕਿੱਡੀ ਦੁੱਖ ਵਾਲੀ ਗੱਲ ਆ ਯਾਰ ਦੁੱਖ ਬੜਾ ਵੱਡਾ ਮੈਂ ਉਸ ਦਿਨ ਵੀ ਬੜਾ ਵੱਡਾ ਸਿਆ ਚਲੋ ਦੋਰੀ ਚੱਲੋ ਦੋਰੀ ਚੱਲੋ ਦੋਰੀ ਚੱਲੋ ਦੇ ਅੰਦਰ ਚੱਲੋ ਖੁੱਲ੍ਹੀ ਥਾਂ ਵਾ ਕੋਈ ਯਾਰ ਹੁੰਦਾ ਨਾ ਉਹੀ ਤਾਂ ਤਾਂ ਤੂੰ ਸੀਨ ਹੁੰਦਾ ਫਿਰ ਗੱਲ ਹੋਰ ਸੀ ਹੁਣ ਵੇਖਣਾ ਪੈਣਾ ਵਾ ਕਿੱਧਰੋਂ ਖੁੱਲ੍ਹੇ ਬੰਦੇ ਆਉਣ ਡੇ ਆ ਖੁੱਲ੍ਹੀ ਖੁੱਲ੍ਹੀ ਥਾਂ 'ਤੇ ਨਹੀਂ ਅੱਗੇ ਬਿਲਡਰ ਹੈਗੀ ਆ ਉਹਦੇ ਅੰਦਰ ਜਾਣਾ ਵਾ ਹਾਏ ਓਏ ਚੈਵੇਂ ਜਾਵਾਂ ਮੇਰਾ ਦਿਲ ਕੰਬ ਰਿਹਾ ਸਹੀ ਦੱਸਾਂ ਤਾਂ ਹੱਥ ਵੀ ਥੰਮਦੇ ਪਏ ਐਡੀ ਮੁਸ਼ਕਲਾਂ ਮੈਂ ਫੇਰ ਆਇਆ ਇੱਥੇ ਲੋਈ ਹੋਏ ਇੱਥੇ ਓਏ ਮਾੜੀ ਕਿਸੇ ਨੇ ਗੋਲੀ ਇਹ ਆਵਾਜ਼ ਆਈ ਮੈਨੂੰ ਓਏ ਖਿਲਾੜ ਮਸ਼ੀਨ ਨੂੰ ਇੱਕ ਪਾਸੇ ਇੱਥੇ ਖਿਲਾੜ ਦੇ ਨਿਕਲ ਬਾਹਰ ਇਹ ਸਾਹਮਣੇ ਨੂੰ ਮਾਰਦਾ ਬਾਈ ਨਜ਼ਰ ਤਾਂ ਕੋਈ ਵੀ ਨਹੀਂ ਆਉਣ ਡਿਆ ਸਟ੍ਰੋਕ ਲਾ ਕੇ ਵੇਖ ਹਾਂ ਚੱਲ ਕੋਈ ਵੀ ਉਹ ਨਿਕਲੇ ਉਹਨੂੰ ਮਾਰ ਮਾਰਤਾ ਯੈਸ ਓਏ ਸਟ੍ਰੋਕ ਤੋਂ ਬਗੈਰ ਹੀ ਮਾਰਤਾ ਆਪਾਂ ਲੈ ਵੀ ਨੌ ਬੰਦੇ ਮਾਰਤੇ ਆ ਇੱਕ ਮੈਂ ਹੋਰ ਮਾਰਦਾ ਵਾਂ ਅਤੇ ਮੈਚ ਵੀ ਮੈਂ ਜਿੱਤਦਾ ਵਾਂ ਓਏ ਓਏ ਕਬੜ ਲੈ ਕਬੜ ਲੈ ਪਿੱਛੇ ਆ ਇੱਥੇ ਲੈ ਕਬੜ ਥੋੜ੍ਹੀ ਪਾਵਰ ਪੂਰੀ ਚਾਲੀ ਯਾਰ
ਡਰਿੰਕ ਪੀ ਲਾ, ਸਹੀ ਆ, ਗੋਲੀਆਂ ਮਾਰੀ ਜਾਂ ਆਂਡੇ ਜਿਹੜਾ ਮਾਰਦਾ ਸਾਨੂੰ ਕੀ ਆ। ਚੱਲ ਵੇ ਕਿੱਥੇ ਆ, ਓਏ ਓਏ ਕਿੱਥੇ ਲੋਕੀ, ਓਏ ਓਏ ਕਿੱਧਰ ਮਾਰੀ ਜਾਣ ਡਿਆ ਮਾਮਾ 'ਚ, ਕਿੱਧਰ ਮਾਰ। ਯੈਸ ਓਏ 10 ਬੰਦੇ ਮਾਰਤੇ ਆਪਾਂ, ਸਿਰਫ 3 ਬੰਦੇ ਰਹਿ ਗਏ ਆ। ਇਹ ਤਾਂ ਆਪਣਾ ਟਾਰਗੇਟ ਪੂਰਾ ਹੋ ਰਿਹਾ 10 ਬੰਦੇ ਮਾਰਨ ਦਾ, ਹੁਣ ਇੱਕ ਸਿਰਫ ਹੋਰ ਆ, ਮੈਂ ਜਿੱਤਣਾ ਬਸ। ਕਿੱਥੇ ਆ ਰਹੀਆਂ ਯਾਰ ਫਿਰ 'ਚ ਬੜੀ ਧਿਆਨ ਨਾਲ, ਪਲੇ ਜ਼ੋਨ ਮੇਰੇ 'ਤੇ ਸਿਰ 'ਤੇ ਚੜਿਆ ਵਾ, ਇਹ 'ਚ ਇੱਧਰ ਹੈਗਾ ਵਾ ਸਾਹਮਣੇ, ਇੱਧਰ ਆ ਕੇ ਮੈਂ ਵੇਖਿਆ ਸੀ ਉਹ ਸ਼ੋ ਹੋਣ ਡਿਆ ਨਾ ਉੱਤੇ ਗੋਲੀਆਂ ਮਾਰਦੇ ਜਦੋਂ, ਇੱਥੇ ਆ। ਚੱਲ ਓਏ ਓਏ ਮਾਰ ਇਹਨੂੰ ਮਾਰ ਇਹਨੂੰ ਮਾਰ ਇਹਨੂੰ, ਓਏ ਪਿੱਛੇ ਜਾ ਲੋ ਲੀ ਰੋਡ ਆ, ਓਏ ਉਹ ਕਿਵੇਂ ਮਾਰੀ ਜਾਂਦੀ ਹੋਵੇ, ਓਏ ਆਪਣੀ ਪਾਵਰ ਪੂਰੀ ਚੜ, ਮੈਨੂੰ ਚੜਨੀ ਵੀ ਨਹੀਂ ਆਉਂਦੀ ਪੂਰੀ, ਕਿਵੇਂ ਚੜਨੀ, ਪਿੱਛੇ ਆਉਣ ਵਾਲੇ ਥੋੜ੍ਹਾ ਥੋੜ੍ਹਾ ਉਹ ਲੈ, ਓ ਲੋ ਜੀ ਪਾਵਰ ਦੁਬਾਰਾ ਪੂਰੀ ਚੜਨੀ ਪੈਣੀ ਆ। ਠੀਕ ਹੋ ਰਿਹਾ ਸਰ ਗਿਆ ਕੰਮ, ਆ ਲੋ ਆ ਗਈ ਉੱਤੋਂ, ਹੁਣੇ ਤੇਰੀ ਬੈਠੀ ਰੂੰ ਕੱਢਦੀ ਬਾਹਰ, ਚੱਲ ਮਾਰ ਜਾ ਕੇ ਯਾਰ। ਵੈਸੇ ਉਹਦਾ ਗੋਲੀ ਮਾਰਨ ਦਾ ਸਟੈਪ ਬੜਾ ਅਜੀਬ ਸੀ, ਮੈਨੂੰ ਨਹੀਂ ਆਉਂਦਾ ਮਾਰਨਾ,